नमस्कार, मैं कनक, आप देख रहे हैं अर्थ प्रकाश। आइए नजर डालते हैं आज की कुछ खास खबर पर। शिरोमणि अकाली दल के अध्यक्ष सरदार सुखबीर सिंह बादल ने मुख्यमंत्री भगवंत मान से कहा कि यदि वे दिल से पंजाब का कहर चाहते हैं तो उन्हें इस्तीफा दे देना चाहिए। उन्होंने जोर देकर कहा कि आम आदमी पार्टी 300 करोड़ रुपए के विज्ञापन घोटाले सहित घोटालों में लिप्त होने के अलावा राज्य के उद्योग के पलायन की अध्यक्षता करके राज्य को बर्बादी की ओर लेकर जा रहे हैं। यहाँ एक प्रेस कॉन्फ्रेंस को संबोधित करते हुए अकाली दल अध्यक्ष ने कहा, पंजाब में स्थिति नियंत्रण से बाहर होती जा रही है। उन्होंने कहा कि राज्य गृह युद्ध के कागार पर है। ऐसी स्थिति में सबसे अच्छा यह होगा कि भगवंत मान इस्तीफा दे दे और आम आदमी पार्टी को पंजाबियों से नया जनादेश मांगने के बारे में राजी करे। आज वडे साहब जादा दा शहीदी दिहाड़ा है। मैं हुनी फतेहगढ़ साहब जाके मत्था टेक भी आया। सिख धर्म एक ऐसा धर्म है जिस जेड़े सरबत दे भले की सोचता है। साहबजादा ने अपने धर्म बचाने वास्ते अपनी शहादत दित्तियां ते समूचे संगत अज दे दिन उन्हां दी शहादत नूं सिर चुका के नमस्कार करदे आ। अज दी जिहड़ी प्रेस कॉन्फ्रेंस है, क्योंकि साल 2022 खत्म हो रहा, आ साल पंजाब दे इतिहास विच मैं लगता बहुत औखा साल टप्पिया। ऐस साल एक बदलाव दी सरकार आई। आम आदमी पार्टी ने झूठ बोल के गुमराह करके पंजाब दी जनता दी भावना तक खेड के सरकार बना ली, पर जिहड़े 8 महीने टप्पे है ऐजे माड़े टप्पे है पंजाब दी जनता वास्ते। कोई उम्मीद ही नहीं कर सकता सी कि आ साडे नाल होगी। मैनू तां दुख लगदा है ते डर भी लगदा है। जिस तरीके ना 8 महीने टप्पे है, जे आपां नूं 4 साल होर टपाउणे पए पता नहीं की होऊगा पंजाब नूं। पंजाब बॉर्डर स्टेट है, जे पंजाब डिस्टर्ब हुंदा है ते पूरा देश डिस्टर्ब हुंदा है। आ जिहड़े अपने दुश्मन देश गवांढी मुल्क है वो अपनी आ हालात नूं देख के ਜਿਵੇਂ ਪਹਿਲੇ 20 ਸਾਲ ਪਹਿਲੇ ਉਹਨਾਂ ਨੇ ਫਾਇਦਾ ਲਿੱਤਾ ਅਤੇ ਪੰਜਾਬ ਬਹੁਤ ਔਖੇ ਸਮੇਂ 'ਚੋਂ 20 ਸਾਲ ਨਿਕਲਿਆ, ਉਹ 20 ਸਾਲ ਜਾਂ 15 ਸਾਲ ਪੰਜਾਬ ਬਹੁਤ ਪਿੱਛੇ ਚਲਾ ਗਿਆ। ਉਹ ਸਮਾਂ ਸੀ ਜਦੋਂ ਦੇਸ਼ ਵਿੱਚ IT ਸੈਕਟਰ ਆ ਰਹੇ ਸੀ, ਇੰਡਸਟਰੀ ਆ ਰਹੀ ਸੀ, ਵਪਾਰ ਵੱਧ ਰਿਹਾ ਸੀ, ਪਰ ਆਪਣੇ ਸੂਬੇ 'ਚ ਕੋਈ ਆਉਣ ਨੂੰ ਤਿਆਰ ਨਹੀਂ ਸੀ। ਉਸ ਤੋਂ ਤਾਂ ਸਾਰੇ ਦੂਜੇ ਸੂਬਿਆਂ 'ਚ ਜਾ ਕੇ ਉਹਨਾਂ ਨੇ ਆਪਣੇ ਵਪਾਰ ਅਤੇ ਇੰਡਸਟਰੀ ਲਾਈ ਅਤੇ ਆਪਾਂ ਬਹੁਤ ਪਿੱਛੇ ਰਹਿ ਗਏ। ਆ ਜਿਹੜੇ 8 ਮਹੀਨੇ ਹੈ ਜੇ ਟੱਪੇ ਹੈ, ਉਹ ਜੀ ਹਾਲਾਤ ਉਦੋਂ ਹੀ ਭੈੜੀ ਹਾਲਾਤ ਅੱਜ ਲੋਅ ਐਂਡ ਆਰਡਰ ਦੀ ਪੰਜਾਬ 'ਚ ਬਣ ਗਈ ਹੈ। ਕੋਈ ਇਨਸਾਨ, ਕੋਈ ਪੰਜਾਬੀ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ।
ਹਰ ਪੰਜਾਬੀ ਨੂੰ ਰਾਤ ਨੂੰ ਡਰ ਲੱਗਦਾ ਕਿ ਮੈਨੂੰ ਹੋਊਗਾ ਮੇਰੇ ਨਾਲ ਕੀ। ਸ਼ਾਮ ਨੂੰ ਕੋਈ ਆਪਣੇ ਘਰੋਂ ਬਾਹਰ ਨਿਕਲਦੇ ਨਹੀਂ ਕੋਈ ਸਾਨੂੰ ਕੋਈ ਕਿਡਨੈਪ ਕਰ ਲੂਗਾ ਜਾਂ ਸਾਨੂੰ ਕੋਈ ਹਮਲਾ ਕਰ ਦੂਗਾ ਜਾਂ ਕੋਈ ਸਾਨੂੰ ਲੁੱਟੂਗਾ। ਹਰ ਮੈਨੂੰ ਲੱਗਦਾ ਇੰਡਸਟਰੀ ਨੂੰ ਵਪਾਰੀਆਂ ਨੂੰ ਜਿੰਨੇ ਵੀ ਪੰਜਾਬੀ ਹੈ ਮੈਨੂੰ ਲੱਗਦਾ 60-70% ਪੰਜਾਬੀਆਂ ਜਿਹੜੇ ਇੰਡਸਟਰੀ ਹੈ ਜਾਂ ਵਪਾਰੀ ਹੈ ਉਹਨਾਂ ਨੂੰ ਫਰੌਤੀਆਂ ਦੇ ਟੈਲੀਫੋਨ ਆਏ ਹੈ ਅਤੇ ਵਿਚਾਰਿਆਂ ਨੇ ਪੈਸੇ ਵੀ ਦੇ ਦਿੱਤੇ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਨੂੰ ਦੱਸਿਆ ਹੈ। ਪੰਜਾਬ ਪੁਲਿਸ ਨੇ ਤਾਂ ਉਹਨਾਂ ਨੂੰ ਬਚਾਇਆ ਨਹੀਂ ਪਰ ਉਹਨਾਂ ਪਰਿਵਾਰਾਂ ਨੂੰ ਉਹਨਾਂ ਗੈਂਗਸਟਰਾਂ ਨੇ ਮਾਰ ਦਿੱਤਾ। ਮੈਂ ਨਕੋਦਰ ਗਿਆ ਇੱਕ ਵਪਾਰੀ ਪਰਿਵਾਰ ਨੂੰ ਰੋਜ਼ ਟੈਲੀਫੋਨ ਆ ਰਹੇ ਸੀ ਵਪਾਰੀ ਪਰਿਵਾਰ ਨੇ ਪੁਲਿਸ ਨੂੰ ਗੱਲ ਕੀਤੀ ਪੁਲਿਸ ਨੇ ਕੋਈ ਐਕਸ਼ਨ ਲਿੱਤਾ ਉਹਨੇ ਕਿਹਾ ਕਿ ਮੈਨੂੰ ਚਲੋ ਤੁਸੀਂ ਨਹੀਂ ਕਰਦੇ ਮੈਨੂੰ ਇੱਕ ਲਾਇਸੈਂਸ ਦੇ ਬਣਾ ਦਿਓ ਅਤੇ ਲਾਇਸੈਂਸ ਬਣਾਉਣ ਦੀ ਬਜਾਏ ਕੁਛ ਨਹੀਂ ਕੀਤਾ ਅਤੇ ਉਹਦਾ ਗੈਂਗਸਟਰਾਂ ਨੇ ਉਹਨੂੰ ਵੀ ਮਾਰ ਦਿੱਤਾ। ਆਹ ਕਹਾਣੀਆਂ ਹੁਣ ਹਰ ਪਿੰਡ ਦੀਆਂ ਅਤੇ ਸ਼ਹਿਰ ਦੀਆਂ ਬਣ ਗਈਆਂ। ਹੁਣ ਤਾਂ ਗੈਂਗਸਟਰ ਜਿਹੜੇ ਹੈ ਉਹ ਹੁਣ ਗਰੀਬਾਂ ਮਗਰ ਵੀ ਲੱਗ ਗਏ ਹੈ। ਆਹ ਜਿਹੜੇ ਕੋਟ ਭਾਈ ਵਿੱਚ ਇੱਕ ਨੌਜਵਾਨ ਬੱਚੇ ਨੂੰ 15 ਦਿਨ ਕਿਡਨੈਪ ਰੱਖਿਆ ਮੈਂ ਆਪ DGP ਨਾਲ ਗੱਲ ਕੀਤੀ ਮੈਂ ਆਪ SSP ਨਾਲ ਗੱਲ ਕੀਤੀ ਉਦੋਂ ਜਦੋਂ ਕਿਡਨੈਪ ਸੀ ਪਰ ਕੁਛ ਨਹੀਂ ਹੋਇਆ ਅਤੇ ਅੱਜ ਉਹਦੀ ਲਾਸ਼ ਮਿਲੀ ਹੈ। ਇਸ ਹਾਲਾਤ ਨੂੰ ਦੇਖਦੇ ਪੰਜਾਬ 'ਚ ਹੁਣ ਹੋ ਕੀ ਰਿਹਾ। ਪੰਜਾਬ ਦਾ ਇੰਡਸਟਰੀਅਲਿਸਟ ਅੱਜ ਪੰਜਾਬ ਤੋਂ ਬਾਹਰ ਜਾਣ ਲੱਗ ਗਿਆ। ਪੰਜਾਬ ਦੇ ਵਿੱਚ ਜਿਹੜੀ ਮੇਨ ਇੰਡਸਟਰੀ ਹੈ ਲੁਧਿਆਣੇ ਹੈ ਜਿਹੜਾ ਆਪਣਾ ਗੜ੍ਹ ਵਾਲੀ ਇੰਡਸਟਰੀ ਜਿਹਦੇ ਕਰਕੇ ਆਪਾਂ ਪੂਰੀ ਇੰਡਸਟਰੀਲਾਈਜੇਸ਼ਨ ਪੰਜਾਬ 'ਚ ਹੋਈ ਜਿੰਨੇ ਵੱਡੇ ਵਪਾਰੀ ਹੈ ਇੰਡਸਟਰੀਅਲਿਸਟ ਹੈ ਸਾਰੇ ਹੀ ਦੂਜੇ ਸੂਬਿਆਂ ਤਰਫ ਦੇਖਣ ਲੱਗ ਗਏ। ਆ ਹੁਣੀ 17 ਤਰੀਕ ਨੂੰ ਡਿਸੰਬਰ ਨੂੰ ਮੈਂ UP ਚੀਫ ਮਿਨਿਸਟਰ ਨੂੰ ਮਿਲਣ ਗਿਆ ਕਿਉਂਕਿ ਉੱਥੇ ਆਪਣੇ ਜਿਹੜੇ ਸਿੱਖ ਭੈਣ ਭਰਾ ਰਹਿ ਰਹੇ ਆ ਕਿਸਾਨ ਖਾਸ ਕਰਕੇ ਪੰਜਾਬੀ ਉਹਨਾਂ ਦੀਆਂ ਜ਼ਮੀਨਾਂ 'ਤੇ ਸਰਕਾਰ ਨੋਟਿਸ ਦੇ ਰਹੀ ਸੀ ਉਹਨਾਂ ਦੇ ਵਾਸਤੇ ਮੈਂ ਉਹਨਾਂ ਨੂੰ ਉਹਨਾਂ ਦੀ ਲੜਾਈ ਲੜਨ ਵਾਸਤੇ UP ਚੀਫ ਮਿਨਿਸਟਰ ਨੂੰ ਮਿਲਣ ਗਿਆ ਅਤੇ ਜੀ ਮੈਂ UP ਚੀਫ ਮਿਨਿਸਟਰ ਸਾਹਿਬ ਕੋਲ ਬੈਠਾ ਸੀ ਅਤੇ ਮੈਨੂੰ ਕਹਿਣ ਲੱਗੇ ਅੱਜ ਤੁਹਾਡੇ ਪੰਜਾਬ ਦੀ ਇੰਡਸਟਰੀ ਮੈਨੂੰ ਮਿਲਣ ਆ ਰਹੀ ਹੈ ਅਤੇ ਕੌਣ ਕੌਣ ਸੀ ਸਾਰੇ ਹੀ A1 ਸਾਈਕਲ ਹੀਰੋ ਗਰੁੱਪ ਵੈਬ ਗੋ ਸੁਰੈਸ਼ ਗਰੁੱਪ ਮੈਂ ਕਹਿੰਦਾ ਜਿੰਨੇ ਵੀ ਗਰੁੱਪ ਸਾਰੇ ਮੈਨੂੰ ਕਹਿਣ ਲੱਗੇ ਤੁਹਾਡੀ ਸੂਬੇ ਵਿੱਚ ਇੰਨਾ ਮਾੜਾ ਹਾਲ ਹੋ ਗਿਆ ਕਹਿੰਦੇ ਮੈਨੂੰ ਇੰਡਸਟਰੀਅਲਿਸਟ ਕਹਿੰਦੇ ਅਸੀਂ UP ਸ਼ਿਫਟ ਕਰਨ ਲੱਗੇ ਹਾਂ। ਪਹਿਲੇ ਕੀ ਹੁੰਦਾ ਸੀ UP ਬਿਹਾਰ ਤੋਂ ਇੰਡਸਟਰੀ ਪੰਜਾਬ 'ਚ ਆਉਂਦੀ ਸੀ ਇੱਥੇ ਫੈਕਟਰੀਆਂ ਲਾਉਣ ਵਾਸਤੇ ਲੋਕ ਆਉਂਦੇ ਸੀ ਇੱਥੇ ਕੰਮ ਕਰਨ ਵਾਸਤੇ ਪਰ ਆ 8 ਮਹੀਨੇ ਦੇ ਅੰਦਰ ਅੰਦਰ ਦੇਖ ਲਓ ਸਾਰਾ ਕੁਛ ਉਲਟ ਕਰ ਦਿੱਤਾ ਇਸ ਆਮ ਆਦਮੀ ਪਾਰਟੀ ਸਰਕਾਰ ਨੇ। ਆਹ ਇੱਕ ਅਖਬਾਰ ਮੈਂ ਪੜ੍ਹ ਰਿਹਾ ਜਿੱਥੇ ਇੱਕ ਟੌਪ ਇੰਡਸਟਰੀਅਲਿਸਟ ਹੈ ਜਿਹੜਾ UP ਚੀਫ ਮਿਨਿਸਟਰ ਨੂੰ ਮਿਲਣ ਗਿਆ ਅਤੇ ਉਹਨੇ ਬਿਆਨ ਦਿੱਤਾ ਅਖਬਾਰ ਨੂੰ ਉੱਥੇ ਇੱਕ ਸਨਅਤਕਾਰ TR ਮਿਸ਼ਰਾ ਨੇ ਪੰਜਾਬ ਸਰਕਾਰ 'ਤੇ ਵਰਦਿਆਂ ਕਿਹਾ
ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਹੈ ਅਤੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਵਿਗੜੀ ਪਈ ਹੈ। ਦਿਨ ਦਿਹਾੜੇ ਸ਼ਰੇਆਮ ਕਤਲ ਹੋ ਰਹੇ ਹਨ। ਸਨਅਤਕਾਰ ਅਤੇ ਕਾਰੋਬਾਰੀਆਂ ਨੂੰ ਫਰੌਤੀ ਲਈ ਹਰ ਰੋਜ਼ ਕਾਲਾਂ ਆ ਰਹੀਆਂ। ਆਹ ਇੱਕ ਟੌਪ ਇੰਡਸਟਰੀਅਲਿਸਟ ਕਹਿ ਰਹੇ ਹੈ ਪੰਜਾਬ ਦੀ ਜੇ ਇੰਡਸਟਰੀ ਪੰਜਾਬ ਤੋਂ ਚਲੀ ਗਈ ਹੋਣਾ ਕੀ ਹੈ, ਇਹਦਾ ਕੀ ਅਸਰ ਹੋਣਾ? ਸਭ ਤੋਂ ਵੱਡਾ ਅਸਰ ਹੋਣਾ ਅਨਇੰਪਲੋਇਮੈਂਟ ਵਧਣੀ ਹੈ। ਦੇਖੋ ਖੇਤੀ 'ਚ ਜ਼ਿਆਦੀਆਂ ਨੌਕਰੀਆਂ ਨਹੀਂ ਦੇ ਸਕਦੇ ਆਪਾਂ, ਸਰਕਾਰੀ ਨੌਕਰੀਆਂ ਇੱਕ ਹੁੰਦੀਆਂ, ਖੇਤੀ ਤਰਫ ਕਿੰਨੇ ਬੰਦੇ ਕੰਮ ਬੱਚੇ ਕੰਮ ਕਰਨਗੇ? ਜਿਹੜੇ ਵੀ ਦੁਨੀਆ 'ਚ ਦੇਸ਼ਾਂ ਨੇ ਤਰੱਕੀ ਕੀਤੀ ਹੈ ਜਾਂ ਜਿਹੜੇ ਵੀ ਆਪਣੇ ਸੂਬਿਆਂ ਨੇ ਤਰੱਕੀ ਕੀਤੀ ਹੈ ਇੰਡਸਟਰੀ ਦੇ ਸਿਰ 'ਤੇ ਕੀਤੀ ਹੈ। ਜੇ ਆਪਣੀ ਇੰਡਸਟਰੀ ਭੱਜ ਗਈ ਆਪਣੇ ਬੱਚਿਆਂ ਨੂੰ ਨੌਕਰੀ ਕੌਣ ਕਿੱਥੇ ਮਿਲੂਗੀ? ਇੱਕ ਤਾਂ ਆਪਣੇ ਬੱਚੇ ਨੌਕਰੀ ਤੋਂ ਵਾਂਝੇ ਹੋ ਜਾਣਗੇ, ਦੂਜਾ ਵੱਡਾ ਨੁਕਸਾਨ ਆਪਣੇ ਸੂਬੇ ਦੀ ਆਮਦਨ ਘੱਟ ਜੂਗੀ। ਇੰਡਸਟਰੀ ਰਾਹੀਂ ਵੈਟ ਰਾਹੀਂ GST ਰਾਹੀਂ ਪੈਸਾ ਸੂਬੇ ਨੂੰ ਆਉਂਦਾ, ਜਦੋਂ ਸੂਬੇ ਨੂੰ ਪੈਸਾ ਘੱਟ ਗਿਆ ਤਾਂ ਹਾਲਾਤ ਕੀ ਹੋਣੇ ਆ? ਇੱਥੇ ਤਾਂ ਸਿਵਲ ਅਨਰੈਸਟ ਹੋ ਜਾਣਾ। 8 ਮਹੀਨੇ ਦੇਖ ਲਓ ਕਿਵੇਂ, 8 ਮਹੀਨੇ ਦੇ ਅੰਦਰ ਕਿਵੇਂ ਪੰਜਾਬ ਨੂੰ ਜਮ੍ਹਾਂ ਹੀ ਪਿੱਛੇ ਭੇਜ ਦਿੱਤਾ ਹੈ ਸਰਕਾਰ ਨੇ। ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈ, ਕੋਈ ਪਰਵਾਹ ਨਹੀਂ ਹੈ, ਕੋਈ ਸਹੀ ਮੈਣੇ 'ਤੇ ਸਰਕਾਰ ਇਹ ਨਹੀਂ ਪਤਾ ਚਲਾ ਕੀ ਰਹੇ। ਮੈਂ ਕਈ ਅਫਸਰਾਂ ਨਾਲ ਟੈਲੀਫੋਨ 'ਤੇ ਗੱਲ ਕੀਤੀ, ਸਾਨੂੰ ਮੈਂ ਅਫਸਰਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਸਾਨੂੰ ਕੋਈ ਪਤਾ ਨਹੀਂ ਕਿਤੋਂ ਆਰਡਰ ਲੈਣੇ ਹੈ, ਸਾਨੂੰ ਪਤਾ ਹੀ ਨਹੀਂ ਕਿ ਫੈਸਲੇ ਕੀ ਕਰਨੇ ਹੈ। ਮੁੱਖ ਮੰਤਰੀ ਤਾਂ ਮਿਲਦੇ ਹੀ ਨਹੀਂ, ਉਹ ਬਾਹਰ ਹੀ ਰਹਿੰਦੇ ਹੈ ਅਤੇ ਅਨਕੋਨਸਟੀਟਿਊਸ਼ਨਲੀ ਇੱਕ ਰਾਘਵ ਚੱਡੇ ਨੂੰ ਬਿਠਾ ਦਿੱਤਾ ਇੱਥੇ। ਅਤੇ ਤੁਸੀਂ ਇੱਕ ਹੋਰ ਦੇਖੀ ਹੋਣੀ ਹੈ, ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਾਰੀਆਂ ਟੌਪ ਪੋਸਟਾਂ ਕੇਜਰੀਵਾਲ ਨੇ ਆਪਣੇ ਬੰਦੇ ਦਿੱਲੀ ਦੇ ਐਡਜਸਟ ਪੰਜਾਬ 'ਚ ਕੀਤੇ ਆ, ਪੰਜਾਬੀਆਂ ਨੂੰ ਤਾਂ ਕੁਝ ਦਿੱਤਾ ਹੀ ਨਹੀਂ ਹੈ। ਰਾਜ ਸਭਾ ਦੀ ਟਿਕਟਾਂ ਉਹ ਵੀ ਕੇਜਰੀਵਾਲ ਨੇ ਆਪਣੇ ਬੰਦੇ ਪੰਜਾਬੀ ਨੌਨ ਪੰਜਾਬੀਆਂ ਨੂੰ ਦਿੱਤੀਆਂ। ਇੱਥੇ ਹਰ ਮਿਨਿਸਟਰ ਨਾਲ ਤੁਸੀਂ ਮੀਡੀਆ ਵਾਲੇ ਜਾਣਦੇ ਹੋ, ਹਰ ਮਿਨਿਸਟਰ ਨਾਲ ਇੱਕ ਕੇਜਰੀਵਾਲ ਨੇ ਦਿੱਲੀਓਂ ਇੱਕ ਇੰਚਾਰਜ ਲਾਇਆ ਜਿਹੜਾ ਮਿਨਿਸਟਰ ਦੇ ਕਮਰੇ 'ਚ ਬਹਿੰਦਾ, ਸਾਰੀਆਂ ਫਾਈਲਾਂ ਉਹ ਚੈੱਕ ਕਰਦਾ, ਉਹਦੇ ਬਾਅਦ ਮਿਨਿਸਟਰ ਕੋਲ ਉਹ ਫਾਈਲਾਂ ਜਾਂਦੀਆਂ। ਅਤੇ ਹੁਣ ਅੱਜ ਦੇਖ ਲਓ ਜਿਹੜਾ ਰੇਰਾ ਜਿਹੜਾ ਇੱਕ ਐਕਟ ਬਣਿਆ ਜਿਹਦੇ ਆਪਾਂ ਚੇਅਰਮੈਨ ਵਾਈਸ ਚੇਅਰਮੈਨ ਰੇਰਾ ਲਾਉਂਦੇ ਹਾਂ, ਰੇਰਾ ਦਾ ਮਤਲਬ ਹੈ ਸਾਰੀ ਰੀਅਲ ਸਟੇਟ ਡਿਵੈਲਪਮੈਂਟ ਕੰਪਨੀਆਂ ਨੂੰ ਕੰਟਰੋਲ ਕਰਨ ਵਾਸਤੇ ਰੇਰਾ ਬਣਾਈ ਗਈ ਹੈ। ਅਤੇ ਕੇਜਰੀਵਾਲ ਨੇ ਕਿਹਨੂੰ ਲਾਇਆ? ਕੇਜਰੀਵਾਲ ਨੇ ਇੱਕ ਸਤਿਆ ਗੋਪਾਲ, ਕੌਣ ਹੈ ਉਹ? ਐਡੀਸ਼ਨਲ ਚੀਫ ਸੈਕਟਰੀ ਕੇਜਰੀਵਾਲ ਦਾ ਦਿੱਲੀ ਤੋਂ। ਇੱਕ ਰਾਕੇਸ਼ ਗੋਇਲ, ਆਹ ਕੇਜਰੀਵਾਲ ਦਾ ਚਹਿਤਾ ਦੋਸਤ। ਕਿ ਇਹਨਾਂ ਨੂੰ ਪੰਜਾਬੀ ਨਹੀਂ ਮਿਲਿਆ? ਇਹਦਾ ਮਤਲਬ ਕੀ ਹੈ ਕੇਜਰੀਵਾਲ ਦਾ? ਕਿ ਮੈਂ ਚਲਾਵਾਂ ਸਰਕਾਰ। ਪਹਿਲੇ ਸ਼ਰਾਬ ਦੇ ਵਿੱਚ ਇਹਨਾਂ ਨੇ ਸਾਰੇ ਜਿਹੜੇ L1 ਲਿਆਂਦੇ ਬੰਦੇ ਲਿਆਂਦੇ, ਪੋਲਸੀ ਲਿਆਂਦੀ ਦਿੱਲੀ ਦੀ, ਪੋਲਸੀ ਲਿਆ ਕੇ ਜਿੱਥੇ CBI ਮਗਰ ਪਈ ਹੈ ਉਹ ਸੇਮ ਪੋਲਸੀ ਇੱਥੇ ਲਿਆਂਦੀ। ਤਕਰੀਬਨ 500-600 ਕਰੋੜ ਰੁਪਇਆ ਇਹਨਾਂ ਨੇ ਇਸ ਪੋਲਸੀ 'ਚੋਂ ਖਾਧਾ। ਜਿਹੜੇ L1 ਉੱਥੇ ਸੀ ਉਹੀ ਬੰਦਾ ਨੂੰ ਇੱਥੇ ਲਿਆਂਦਾ, ਕਿਉਂਕਿ ਸਾਰਾ ਪੈਸਾ ਕੇਜਰੀਵਾਲ ਲੈਣ ਲੱਗਿਆ। ਹੁਣ ਹੋ ਕੀ ਰਿਹਾ?
ਹੁਣ ਰੀਅਲ ਸਟੇਟ ਨੂੰ ਕੰਟਰੋਲ ਕਰਨ ਵਾਸਤੇ, ਬਿਲਡਰਾਂ ਨੂੰ ਕੰਟਰੋਲ ਕਰਨ ਵਾਸਤੇ ਹੁਣ ਕੇਜਰੀਵਾਲ ਨੇ ਆਪਣਾ ਬੰਦਾ ਲਾਤਾ ਇੱਥੇ। ਹੁਣ ਜਿਹੜੇ ਕੋਈ ਪੈਸਾ ਨਾ ਦਿੱਤਾ ਰੇਰਾ ਤੋਂ ਨੋਟਿਸ ਭੇਜ ਦਿਆ ਕਰਨਗੇ। ਆਹ ਤਾਂ ਹਾਲਾਤ ਬਣੀ ਪਈ ਹੈ, ਆਹ ਤਾਂ ਇੱਕ ਕਿਸਮ ਦੀ ਟੈਰਰਿਜ਼ਮ ਜਿਹੜੀ ਸ਼ੁਰੂ ਕੀਤੀ ਇਹਨਾਂ ਨੇ। ਜਿਹੜਾ ਹੁਣ ਹਾਲਾਤ ਕੀ ਹੈ 8 ਮਹੀਨੇ ਦੀ, ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਆਹ ਸਾਰਾ ਕੁਛ ਲੋਅ ਐਂਡ ਆਰਡਰ ਬਿਗਿਨ ਕਰਕੇ, ਲੋਕਾਂ ਦੀ ਇਨਸਿਕਿਉਰਿਟੀ ਕਰਕੇ, ਕੋਈ ਕੰਮ ਨਾ ਹੋਣ ਕਰਕੇ ਹਾਲਾਤ ਕੀ ਹੋਈ ਕਿ ਪੰਜਾਬ ਸਰਕਾਰ ਦੀ ਅਖਬਾਰਾਂ 'ਚ ਵੀ ਆਇਆ, ਆਹ ਜਿਹੜੀ ਆਡਿਟ ਰਿਪੋਰਟ ਵੀ ਆਈ ਹੈ ਕਿ ਸਾਰੀਆਂ ਜਿਹੜੀ ਆਪਣੀ ਆਮਦਨੀ ਹੈ ਭਾਵੇਂ ਐਕਸਾਈਜ਼ ਦੀ ਹੈ ਉਹ ਵੀ ਘੱਟ ਗਈ, GST ਘੱਟ ਗਈ, ਵੈਟ ਘੱਟ ਗਿਆ, ਰੀਅਲ ਸਟੇਟ ਦਾ ਜਿਹੜਾ ਰੈਵਨਿਊ ਆਉਂਦਾ ਰਜਿਸਟਰੀਆਂ ਤੋਂ ਉਹ ਵੀ ਘੱਟ ਗਿਆ। 8 ਮਹੀਨੇ ਜਿਹੜੀ ਪਿਛਲੇ ਸਾਲਾਂ ਤੋਂ ਅਸੀਂ ਵਧਾਉਂਦੇ ਸੀ ਹੁਣ ਘਟਣ ਲੱਗ ਗਏ, ਅਤੇ ਤੁਸੀਂ ਹੈਰਾਨ ਰਹਿ ਜਾਓਗੇ 30,000 ਕਰੋੜ ਰੁਪਇਆ 8 ਮਹੀਨੇ 'ਚ ਇਹਨਾਂ ਨੇ ਕਰਜ਼ਾ ਲੈ ਲਿਆ, 30,000 ਕਰੋੜ ਰੁਪਇਆ। ਜੇ 8 ਮਹੀਨੇ 'ਚ 30,000 ਕਰੋੜ ਹੋ ਗਿਆ, ਜੇ 5 ਸਾਲਾਂ ਦੇਖੋ ਇਹਨੇ ਤਾਂ 5-7 ਲੱਖ ਕਰੋੜ ਕਰਜ਼ਾ ਲੈ ਲੈਣਾ। ਜੇ ਇੰਨਾ ਕਰਜ਼ਾ ਆਪਣੇ ਸਿਰ 'ਤੇ ਚੜ੍ਹ ਗਿਆ ਤਾਂ ਇਹਨਾਂ ਨੂੰ ਤਾਂ ਕੋਈ ਪ੍ਰਵਾਹ ਨਹੀਂ, ਭਗਵਾਨ ਤੁਹਾਨੂੰ ਤਾਂ ਫਿਕਰ ਹੀ ਨਹੀਂ ਹੈ, ਕੇਜਰੀਵਾਲ ਨੂੰ ਕੋਈ ਫਰਕ ਨਹੀਂ, ਉਹ ਤਾਂ ਦਿੱਲੀ ਦਾ ਰਹਿਣ ਵਾਲਾ, ਉਹਨੇ ਤਾਂ ਪੰਜਾਬ ਡੁੱਬੇ ਮਰੇ ਉਹਨੂੰ ਕੋਈ ਫਿਕਰ ਨਹੀਂ, ਭਗਵੰਤ ਮਾਨ ਤਾਂ ਆਪ ਹੀ ਕੋਈ ਫਿਕਰ ਨਹੀਂ ਉਹਨੂੰ, ਕਿ ਜ਼ਿੰਦਗੀ 'ਚ ਇੱਕ ਮੌਕਾ ਲੱਗਣਾ ਸੀ ਉਹਨੂੰ, ਹੁਣ ਉਹ ਬਣ ਗਿਆ ਮੁੱਖ ਮੰਤਰੀ, ਕਹਿੰਦਾ ਅੱਗੇ ਤੋਂ ਮੈਂ ਬਣਨਾ ਹੀ ਨਹੀਂ, ਇਹਨੂੰ ਬਣਾਉਣਾ ਵੀ ਨਹੀਂ ਕਿਸੇ ਨੇ। ਸੋ ਜਿਹੜੀ ਆਹ ਹਾਲਾਤ ਜਿਹੜੀ ਮੈਂ ਅੱਜ ਪੰਜਾਬੀਆਂ ਦੇ ਸਾਹਮਣੇ ਰੱਖਣਾ ਚਾਹੁੰਦਾ, ਲੋਅ ਐਂਡ ਆਰਡਰ ਖਤਮ ਹੋ ਗਿਆ, ਇੰਡਸਟਰੀ ਭੱਜ ਰਹੀ ਹੈ, ਆਮਦਨ ਘਟਣ ਲੱਗ ਗਈ, ਕਰਜ਼ਾ ਵਧਾਉਣ ਲੱਗ ਗਏ, ਅਤੇ ਆਹ ਵੀ ਇੰਨੀ ਸ਼ਰਮ ਨਹੀਂ ਇਹਨਾਂ ਨੂੰ, ਜੇ ਆਮਦਨੀ ਘੱਟ ਰਹੀ ਹੈ ਤਾਂ ਘੱਟ ਤੋਂ ਘੱਟ ਆਪਾਂ ਖਰਚੇ ਘਟਾਈਏ। ਖਰਚੇ ਕੀ ਘਟਾਉਣੇ ਸੀ, 750 ਕਰੋੜ ਰੁਪਇਆ ਇਹਨਾਂ ਮੀਡੀਆ ਦਾ ਬਜਟ ਰੱਖ ਲਿਆ ਆਪਣੀ ਝੂਠੀ ਤਾਰੀਫ ਕਰਾਉਣ ਵਾਸਤੇ, ਐਡ ਦੇਣ ਵਾਸਤੇ, ਅਤੇ ਵੱਡਾ ਮਿਸਯੂਜ਼ ਜਿਹੜਾ ਕੀਤਾ ਤਕਰੀਬਨ 300 ਕਰੋੜ ਰੁਪਇਆ ਪੰਜਾਬ ਦੇ ਜਨਤਾ ਦਾ, ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕਰਨ ਵਾਸਤੇ ਇਹਨਾਂ ਨੇ ਗੁਜਰਾਤ, ਹਿਮਾਚਲ ਅਤੇ ਦੂਜੇ ਸੂਬਿਆਂ 'ਚ ਲਾਇਆ। ਅੱਜ ਮੈਂ ਚਿੱਠੀ ਵੀ ਲਿਖ ਰਿਹਾ ਗਵਰਨਰ ਸਾਹਿਬ ਨੂੰ, ਜਿਵੇਂ ਦਿੱਲੀ ਵਿੱਚ ਲੈਫਟਨੈਂਟ ਗਵਰਨਰ ਸਾਹਿਬ ਨੇ ਆਰਡਰ ਕੀਤੀ ਇਨਕੁਆਇਰੀ, ਅਤੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਤੁਸੀਂ 80 ਕਰੋੜ ਰੁਪਇਆ ਜਿਹੜਾ 79 ਕਰੋੜ ਜਿਹੜਾ ਤੁਸੀਂ ਸਰਕਾਰੀ ਪੈਸਾ ਆਪਣੀ ਪਾਰਟੀ ਨੂੰ ਪ੍ਰਮੋਟ ਕਰਨ ਵਿੱਚ ਲਾਇਆ ਉਹ ਵਾਪਸ ਕਰੋ। ਉਵੇਂ ਮੈਂ ਗਵਰਨਰ ਸਾਹਿਬ ਨੂੰ ਲਿਖਣ ਲੱਗਿਆ ਸੀ ਕਿ ਜੇ 300 ਕਰੋੜ ਰੁਪਇਆ ਜਿਹੜਾ ਆਪਣੇ ਗੁਜਰਾਤ 'ਚ, ਹਿਮਾਚਲ 'ਚ, ਦੂਜੇ ਸੂਬਿਆਂ 'ਚ ਪ੍ਰਮੋਟ ਕਰਨ ਵਾਸਤੇ, ਦਿੱਲੀ 'ਚ ਵੀ MC ਇਲੈਕਸ਼ਨ ਵਾਸਤੇ ਵੀ ਇਹਨਾਂ ਨੇ ਸਾਰੇ ਸੋਸ਼ਲ ਮੀਡੀਆ, ਸਾਰੇ ਪਲੇਟਫਾਰਮ ਦੂਜੇ ਅਖਬਾਰਾਂ ਨੂੰ ਅਤੇ ਦੂਜੇ ਚੈਨਲਾਂ ਨੂੰ ਦੇ ਕੇ ਆਪਣੀ ਝੂਠੀ ਪ੍ਰਮੋਸ਼ਨ ਕਰਦੇ ਸੀ ਆਮ ਆਦਮੀ ਪਾਰਟੀ ਦੀ, ਜਿਹੜੀ ਕਾਨੂੰਨ ਦੇ ਖਿਲਾਫ ਹੈ। ਅਤੇ ਅਸੀਂ ਡਿਮਾਂਡ ਕਰਦੇ ਹਾਂ ਕਿ ਉਹ 300 ਕਰੋੜ ਰੁਪਇਆ ਇਮੀਡੀਏਟਲੀ ਇਹਨਾਂ ਤੋਂ, ਆਮ ਆਦਮੀ ਪਾਰਟੀ ਤੋਂ ਵਾਪਸ ਲਿੱਤਾ ਜਾਏ। ਜਿਹੜੀ ਮੈਂ ਹੋਰ ਗੱਲ ਕਰਨਾ ਚਾਹੁੰਦੇ ਹਾਂ, ਹੁਣ ਸਾਰੇ ਮੀਡੀਆ ਵਾਲੇ ਬੈਠੇ ਹੈ, ਹੁਣ ਮੀਡੀਆ ਟੈਰਰਿਜ਼ਮ ਵੀ ਸ਼ੁਰੂ ਕਰਤੀ ਇਹਨਾਂ ਨੇ, ਅਖਬਾਰਾਂ ਨੂੰ, ਚੈਨਲਾਂ ਨੂੰ। ਜੇ ਅਖਬਾਰ ਜਾਂ ਚੈਨਲ ਇਹਨਾਂ ਦੇ ਖਿਲਾਫ ਕੋਈ ਲਿਖਦਾ ਫਿਰ ਉਹਨਾਂ ਦੀ ਐਡ ਬੰਦ ਕਰ ਦਿਓ,
ਜਾਂ ਉਹਨਾਂ ਦੇ ਪਰਚੇ ਕਰ ਦਿਓ। ਦੇਖੋ ਪੰਜਾਬ ਦਾ ਅਜੀਤ ਅਖਬਾਰ ਇੱਕ ਬਹੁਤ ਹੀ ਪੰਜਾਬੀਆਂ ਦੀ ਆਪਣੀ ਅਖਬਾਰ ਮੰਨੀ ਜਾਂਦੀ ਹੈ। ਹਮਦਰਦ ਸਾਹਿਬ ਇੱਕ ਅਜਿਹੇ ਇਨਸਾਨ ਹੈ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਜਰਨਲਿਜ਼ਮ ਅਤੇ ਜਰਨਲਿਜ਼ਮ ਦੇ ਲੈਵਲਸ ਨੂੰ ਉੱਤੇ ਰੱਖਣ ਵਾਸਤੇ ਉਹਨਾਂ ਨੇ ਲੜਾਈ ਲੜੀ। ਅੱਜ ਅਜੀਤ ਵਰਗੇ ਅਖਬਾਰ ਨੂੰ ਤੁਸੀਂ ਐਡਵਰਟਾਈਜ਼ਮੈਂਟ ਬੰਦ ਕਰ ਦਿਓ, ਕਿਉਂਕਿ ਉਹ ਸੱਚਾ ਹੀ ਨਹੀਂ ਕਹਿ ਸਕਦੇ। ਉਵੇਂ ਮੈਂ 2-3 ਹੋਰ ਵੈੱਬ ਚੈਨਲ ਦੇਖੇ ਹੈ, ਉਹਨਾਂ ਨੂੰ ਬੰਦ ਕਰਤਾ, ਉਹਨਾਂ ਦੇ ਮਾਲਕਾਂ ਦੇ ਪਰਚਾ ਦੇਤਾ, ਕਿਉਂਕਿ ਤੁਸੀਂ ਕਰ ਰਹੇ ਹੋ। ਆਹ ਜਿਹੜਾ ਮੀਡੀਆ ਟੈਰਰਿਜ਼ਮ ਸ਼ੁਰੂ ਹੋਇਆ, ਹੁਣ ਤੁਹਾਨੂੰ ਮੈਂ ਕਈ ਵਾਰ ਮੈਨੂੰ ਮੀਡੀਆ ਦੇ ਰਿਪੋਰਟਰਾਂ ਨੇ ਦੱਸਿਆ, ਜਿਵੇਂ ਮੇਰੀ ਵੀ ਪ੍ਰੈਸ ਕਾਨਫਰੰਸ ਚੱਲਦੀ ਹੁੰਦੀ ਹੈ, ਇਹਨਾਂ ਦੇ ਪਬਲਿਕ ਰਿਲੇਸ਼ਨ ਆਫਿਸ ਤੋਂ ਆ ਜੂਗਾ ਟੈਲੀਫੋਨ ਕਿ ਲਾਈਵ ਬੰਦ ਕਰ ਦਿਓ। ਆਹ ਡੈਮੋਕ੍ਰੇਸੀ ਦਾ ਵੱਡਾ ਪਿਲਰ ਮੀਡੀਆ ਹੈ। ਜੇ ਮੀਡੀਆ ਟੈਰਰਿਜ਼ਮ ਇਹਨਾਂ ਨੇ ਚਾਲੂ ਰੱਖਿਆ, ਤੁਸੀਂ ਦੇਖੋ ਡੈਮੋਕ੍ਰੇਸੀ ਦੀ ਆਵਾਜ਼ ਕਿੰਨੀ ਵੱਡੀ ਕੁਚਲੀ ਜਾ ਰਹੀ ਹੈ। ਪਰ ਮੈਂ ਇਹ ਦੇਖਿਆ ਕਿ ਆਪਣੀ ਪੰਜਾਬੀ ਮੀਡੀਆ ਉਹਨਾਂ ਵਰਗੀ ਨਹੀਂ, ਦੂਜੀ ਸਟੇਟਾਂ 'ਚ ਜੇ ਕੋਈ ਹੈ ਇੱਥੇ ਦੱਬਦੀ ਨਹੀਂ ਹੈ। ਪੰਜਾਬੀ ਬਾਏ ਨੇਚਰ ਹੀ ਇੱਕ ਇਹੋ ਜਿਹਾ ਇਨਸਾਨ ਹੈ, ਪਿਆਰ ਨਾਲ ਤੁਸੀਂ ਜੋ ਮਰਜ਼ੀ ਕੰਮ ਕਰਾ ਲਓ, ਪਰ ਦਬਾਅ ਨਾਲ ਤੁਸੀਂ ਇਹਨਾਂ ਨੂੰ ਡਰਾ ਨਹੀਂ ਸਕਦੇ। ਤੋ ਇਸ ਕਰਕੇ ਆਹ ਜਿਹੜਾ ਇਹਨਾਂ ਨੇ ਆਹ ਜਿਹੜਾ ਮੀਡੀਆ ਟੈਰਰਿਜ਼ਮ ਕੀਤੀ ਆ, ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ। ਅਤੇ ਨਾਲੇ ਗਵਰਨਰ ਸਾਹਿਬ ਨੂੰ ਮੈਂ ਫਿਰ ਤੋਂ ਬੇਨਤੀ ਕਰਦਾ ਕਿ ਉਹ ਆ 300 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਗੁਜਰਾਤ ਅਤੇ ਦੂਜੇ ਸੂਬੇ 'ਚ ਪ੍ਰਮੋਸ਼ਨ ਵਾਸਤੇ ਆਮ ਆਦਮੀ ਪਾਰਟੀ ਨੂੰ ਨੇ ਲਾਇਆ, ਆਪਣੀ ਪਾਰਟੀ ਨੂੰ ਪ੍ਰਮੋਟ ਕਰਨ ਵਾਸਤੇ, ਉਹ ਇਹਨਾਂ ਤੋਂ ਰਿਕਵਰ ਕੀਤਾ ਜਾਏ। ਅੱਜ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ, ਮੇਰੀ ਗੱਲ ਅੱਜ ਨੋਟ ਕਰ ਲਿਓ। ਮੈਂ ਪਹਿਲੇ ਵੀ ਕਿਹਾ ਸੀ ਕਿ ਜਦੋਂ ਸ਼ੁਰੂ ਹੋਈ ਕਿ ਇਹ ਆਹ ਜਿਹੜੀ ਸਰਕਾਰ ਹੈ ਇਹਨੂੰ ਕੋਈ ਐਕਸਪੀਰੀਅੰਸ ਨਹੀਂ, ਇਹਨਾਂ ਦੇ MLA ਕ੍ਰਿਮੀਨਲ ਬੈਕਗਰਾਊਂਡ ਦੇ MLA ਹੈ। ਜੇ ਚੋਰ ਨੂੰ ਤੁਸੀਂ ਰਾਖੀ ਰੱਖਣ ਵਾਸਤੇ ਡਿਊਟੀ ਲਾ ਦਿਓ, ਉਹਨਾਂ ਨੇ ਤਾਂ ਲੁੱਟ ਲੈਣਾ। ਇਹਨਾਂ ਦੀ ਪਾਰਟੀ ਦੇ ਤੂੰ ਲਿਸਟ ਦੇਖ ਲਓ, ਕਹਿ ਜੇ ਲੋਕ ਹੈ, ਕਹਿ ਜੇ ਉਹਨਾਂ ਦਾ ਬੈਕਗਰਾਊਂਡ ਹੈ। ਸੋ ਪੰਜਾਬ ਸੂਬੇ ਦਾ ਹੁਣ ਹਾਲਾਤ ਕੀ ਹੈ ਕਿ ਅਗਲਾ ਜਿਹੜਾ ਕ੍ਰਾਈਸਿਸ ਆਉਣ ਵਾਲਾ ਹੈ ਉਹ ਪਾਵਰ ਕੌਮ 'ਚ ਆਉਣ ਵਾਲਾ ਹੈ, ਬਿਜਲੀ ਮਹਿਕਮੇ 'ਚ ਆਉਣ ਵਾਲਾ ਹੈ। ਅੱਜ ਵੀ ਦੇਖੋ ਹੁਣ ਥੋੜ੍ਹੇ ਕਈ ਜਗ੍ਹਾ 'ਤੇ ਮੈਂ ਦੇਖਿਆ ਕੱਟ ਲੱਗਣ ਲੱਗ ਗਏ। ਕਿਉਂ ਲੱਗ ਰਹੇ ਹੈ? ਬਹੁਤ ਜਗ੍ਹਾ 'ਤੇ ਕੱਟ ਲੱਗ ਰਹੇ। ਕਿਉਂ ਲੱਗ ਰਹੇ ਹੈ? ਕਿਉਂਕਿ ਬਿਜਲੀ ਬੋਰਡ ਕੋਲ ਟਰਾਂਸਫਾਰਮਰ ਖਰੀਦਣ ਵਾਸਤੇ ਪੈਸਾ ਹੈ ਨਹੀਂ, ਤਾਰਾਂ ਨਵੀਆਂ ਪਾਉਣ ਵਾਸਤੇ ਪੈਸਾ ਹੈ ਨਹੀਂ, ਗ੍ਰਿੱਡ ਲਾਉਣ ਵਾਸਤੇ ਹੈ ਨਹੀਂ ਪੈਸਾ, ਕੋਲਾ ਖਰੀਦਣ ਵਾਸਤੇ ਹੈ ਨਹੀਂ। 22,000 ਕਰੋੜ ਰੁਪਇਆ ਸਬਸਿਡੀ ਪੰਜਾਬ ਸਰਕਾਰ ਨੇ ਦੇਣੀ ਹੈ ਇਸ ਸਾਲ, ਬਿਜਲੀ ਮਹਿਕਮੇ ਨੂੰ ਹਾਲੇ ਦਿੱਤੀ ਨਹੀਂ। ਅਤੇ ਬਿਜਲੀ ਮਹਿਕਮੇ ਨੂੰ ਕਹਿਤਾ ਤੁਸੀਂ ਆਪਣੇ ਆਪ ਹੀ ਕਰਜ਼ਾ ਲਓ। ਜਦੋਂ ਸਾਡੀ ਸਰਕਾਰ ਸੀ ਅਸੀਂ ਬਿਜਲੀ ਬੋਰਡ ਨੂੰ ਡੈਟ ਫਰੀ ਕਰਤਾ ਸੀ, ਮੀਨਸ 1 ਰੁਪਈਏ ਦਾ ਡੈਟ ਨਹੀਂ ਸੀ ਬਿਜਲੀ ਬੋਰਡ 'ਤੇ। ਅੱਜ ਜਾ ਕੇ ਦੇਖੋ ਕਿੰਨਾ ਕਰਜ਼ਾ ਚੜ੍ਹਾਤਾ, 2300 ਕਰੋੜ ਤਾਂ ਇਸੀ 8 ਮਹੀਨੇ 'ਚ 30,000 ਕਰੋੜ ਤੋਂ ਅਲੱਗ 2300 ਕਰੋੜ ਰੁਪਇਆ ਉਹਨਾਂ ਨੇ ਬਿਜਲੀ ਬੋਰਡ 'ਤੇ ਚੜ੍ਹਾਤਾ। 3800 ਕਰੋੜ ਦਾ ਘਾਟਾ ਬਿਜਲੀ ਬੋਰਡ ਪੈ ਗਿਆ। ਜਿਸ ਤਰੀਕੇ ਨਾਲ ਹੁਣ ਕੰਮ ਚੱਲ ਰਿਹਾ, ਮੈਨੂੰ ਲੱਗਦਾ ਅੱਗੇ ਤੋਂ ਬਿਜਲੀ ਮਿਲਣੀ ਵੀ ਤੁਹਾਨੂੰ ਬੰਦ ਹੋ ਜੂਗੀ। ਜੇ ਬਿਜਲੀ ਮਿਲਣੀ ਬੰਦ ਹੋ ਗਈ ਤਾਂ ਫਿਰ ਤਾਂ ਇੱਥੇ ਕਿਸੇ ਨੇ ਰਹਿਣਾ ਵੀ ਨਹੀਂ। ਬੜੀ ਮਿਹਨਤ ਨਾਲ ਮੈਂ ਪੰਜਾਬੀਆਂ ਨੂੰ ਯਾਦ ਕਰਾਉਣਾ ਚਾਹੁੰਦਾ, ਯਾਦ ਕਰੋ 2007 ਤੋਂ 2017
10 ਸਾਲ ਸਤਿ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ, ਪੰਜਾਬ ਨੂੰ ਅਸੀਂ ਪਾਵਰ ਸਰਪਲਸ ਬਣਾਤਾ ਸੀ, ਇੱਥੇ ਇੰਟਰਨੈਸ਼ਨਲ ਅਤੇ ਡੋਮੈਸਟਿਕ ਏਅਰਪੋਰਟ ਨਵੇਂ ਲਿਆਉਂਦੇ ਸੀ, ਸੜਕਾਂ ਦੇ ਦੇਖੋ ਕਿੰਨਾ ਇਨਫਰਾਸਟ੍ਰਕਚਰ ਬਣਾਏ, ਸੜਕਾਂ ਦੇ ਜਾਲ ਬਣਾਏ। ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਚੰਡੀਗੜ੍ਹ ਆਉਣਾ ਚਾਹੋ, 4 ਤੇ 4 ਲੇਨ 6 ਲੇਨ ਐਕਸਪ੍ਰੈਸ ਵੇ ਸੜਕਾਂ ਬਣਾਤੀਆਂ ਸਾਰੀਆਂ। ਨਾ ਪਿਛਲੇ 5 ਸਾਲ ਕੈਪੀਟਲ ਸਰਕਾਰ ਨੇ ਕਿੱਟ ਲਈ ਅਤੇ ਨਾ ਇਹਨਾਂ ਨੇ ਤਾਂ ਹੋਰ ਕੰਮ ਹੋਰ ਵੀ ਖਰਾਬ ਹੋ ਗਿਆ। ਮੈਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਗਿਆ, ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਂ ਵਿਰਾਸਤੀ ਮਾਰਗ 'ਤੇ ਉੱਥੇ ਤੁਰਨ ਲੱਗਿਆ। ਇਸ ਗੁਰੂ ਦੀ ਨਗਰੀ ਨੂੰ ਅਤੇ ਉਹ ਵਿਰਾਸਤੀ ਮਾਰਗ ਨੂੰ ਇੰਨਾ ਵਧੀਆ ਬਣਾਇਆ ਸੀ, ਉਹ ਸਾਰਾ ਹੀ ਵਿਗੜ ਗਿਆ। ਇਹ ਸਰਕਾਰ ਨੂੰ ਕੋਈ ਦਿਲ 'ਚ ਹੈ ਹੀ ਨਹੀਂ ਕੁਛ ਕਰਨਾ। ਆਹ ਦੇਖ ਲਓ ਜਿਹੜੇ ਅਸੀਂ ਡਿਵੈਲਪਮੈਂਟ ਕੀਤੀ ਸੀ, ਜਿਸ ਦਿਨ ਆਪਣੀ ਸਰਕਾਰ ਗਈ ਸਾਰਾ ਕੁਛ ਮੁੱਕ ਗਿਆ। ਸਾਡੇ ਟਾਈਮ 'ਚ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਅਸੀਂ ਕੰਟਰੋਲ ਕਰਕੇ ਰੱਖੀ ਸੀ, ਕਿਉਂਕਿ ਸਤਿ ਪ੍ਰਕਾਸ਼ ਸਿੰਘ ਬਾਦਲ ਸਵੇਰੇ 6 ਵਜੇ ਜੋ ਅਖਬਾਰ ਆਉਂਦਾ ਸੀ ਉਦੋਂ ਪੜ੍ਹ ਕੇ ਜਾਂ ਇੰਟੈਲੀਜੈਂਸ ਨੂੰ ਲੈ ਕੇ ਉਸੇ ਟਾਈਮ ਸਾਰੇ SSPਆਂ ਨਾਲ ਗੱਲ ਕਰਦੇ ਸੀ ਕਿ ਆਹ ਕੀ ਤੁਹਾਡੇ ਡਿਸਟ੍ਰਿਕਟ 'ਚ ਹੋਇਆ, ਆਹ ਕੀ ਹੋਇਆ, ਜੇ ਅੱਗੇ ਨਾ ਠੀਕ ਨਹੀਂ ਹੋਇਆ ਤਾਂ ਉਹਨਾਂ ਨੂੰ ਅਸੀਂ ਐਕਸ਼ਨ ਲੈਂਦੇ ਸੀ। ਕੈਪਟਨ ਨੇ 5 ਸਾਲ ਨਹੀਂ ਕਿਸੇ ਨੂੰ ਗੱਲ ਕੀਤੀ, ਇਹਨਾਂ ਨੇ ਤਾਂ ਕਰਨੀ ਕੀ ਸੀ। ਸੋ ਜਿਹੜਾ ਮੈਂ ਕਹਿਣਾ ਚਾਹੁੰਦਾ, ਜੇ ਬਿਜਲੀ ਬੋਰਡ ਵੀ ਕਲੈਪਸ ਕਰ ਗਿਆ ਤਾਂ ਫਿਰ ਆਪਣਾ ਕੁਛ ਰਹਿਣਾ ਨਹੀਂ। ਤਾਂ ਮੈਂ ਕਿਉਂਕਿ ਸਾਲ 2022 ਖਤਮ ਹੋ ਗਿਆ, ਹੁਣ ਥੋੜ੍ਹੇ ਦਿਨ ਰਹਿ ਗਏ ਆ, ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਭਗਵੰਤ ਮਾਨ ਨੂੰ, ਜੇ ਉਹ ਹਮਦਰਦ ਹੈ ਪੰਜਾਬ ਦਾ, ਦੇਖੋ ਜੇ ਉਹਦੀ ਹਿੰਮਤ ਹੋਣੀ ਚਾਹੀਦੀ ਹੈ। ਜੇ ਉਤੋਂ ਨਹੀਂ ਚੱਲਦੀ ਸਟੇਟ, ਸਹੀ ਮਹੀਨੇ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਆਪਣੇ ਸਾਰਿਆਂ ਵਾਸਤੇ। ਆਪਣਾ ਸੂਬਾ ਸਭ ਤੋਂ ਇੰਪੋਰਟੈਂਟ ਹੈ, ਜੇ ਸੂਬਾ ਹੀ ਬਿਖਰ ਗਿਆ, ਜੇ ਸੂਬਾ 'ਚ ਹੀ ਇੱਥੇ ਸਿਵਲ ਵਾਰ ਹੋ ਗਈ ਤਾਂ ਆਪਾਂ ਇੱਥੇ ਸਰਕਾਰ 'ਚ ਬਹਿ ਕੇ 4 ਸਾਲ ਕਰਾਂਗੇ ਕੀ? ਜੇ ਇੱਥੋਂ ਤੋਂ ਨਹੀਂ ਚੱਲਦੀ, ਜੇ ਕੋਈ ਡਰਾਈਵਰ ਤੋਂ ਗੱਡੀ ਚੱਲਦੀ ਨਹੀਂ, ਉਹਨੂੰ ਆਪਣੇ ਆਪ ਹੀ ਪਾਸੇ ਹਟ ਜਾਣਾ ਚਾਹੀਦਾ, ਕਹਿ ਦੇਣਾ ਚਾਹੀਦਾ ਕਿ ਮੈਥੋਂ ਚੱਲਦੀ ਨਹੀਂ। ਮੈਨੂੰ ਲੱਗਦਾ ਅਸੀਂ ਸਾਰੇ ਐਪਰੀਸ਼ੀਏਟ ਕਰਾਂਗੇ ਕਿ ਚਲੋ ਸੱਚ ਤਾਂ ਬੋਲੇ। ਮੈਂ ਕਹਿੰਦਾ ਜੇ ਸਭ ਤੋਂ ਵੱਡੀ ਸੇਵਾ ਪੰਜਾਬੀਆਂ ਦੀ ਹੋਊਗੀ, ਜੇ ਆਮ ਆਦਮੀ ਪਾਰਟੀ ਡਿਕਲੇਅਰ ਕਰਦੇ ਸਾਥੋਂ ਹੁਣ ਚੱਲਦੀ ਨਹੀਂ, ਸਾਥੋਂ ਮਾਫ਼ੀ ਦਿਓ ਅਤੇ ਅਸੀਂ ਵਾਪਸ ਪਬਲਿਕ ਨੂੰ ਕਹਿੰਦੇ ਹਾਂ ਕਿ ਤੁਸੀਂ ਨਵੀਂ ਸਰਕਾਰ ਚੁਣੋ, ਤਾਂ ਤਾਂ ਪੰਜਾਬ ਬਚੂਗਾ, ਨਹੀਂ ਤਾਂ 4 ਸਾਲ ਪੰਜਾਬ ਨੂੰ ਇਹਨਾਂ ਨੇ ਇੰਨਾ ਬਰਬਾਦ ਕਰ ਦੇਣਾ ਕਿ ਇਹਨੂੰ ਠੀਕ ਕਰਨ ਵਾਸਤੇ ਵੀ ਬਹੁਤ ਮੁਸ਼ਕਲ ਹੋ ਜਾਣੀ ਹੈ। ਅੱਜ ਕੋਈ ਬੰਦਾ ਸੇਫ ਨਹੀਂ ਹੈ, ਡਰ ਦਾ ਮਾਹੌਲ ਹੈ, ਦਹਿਸ਼ਤ ਦਾ ਮਾਹੌਲ ਹੈ, ਲੋਕ ਭੱਜ ਰਹੇ ਹੈ। ਇਹ ਜਿਹੀ ਹਾਲਾਤ ਮੈਂ ਆਪਣੀ ਜ਼ਿੰਦਗੀ ਨੂੰ ਦੇਖੀ ਜਿਹੋ ਜਿਹੀ ਅੱਜ ਪੰਜਾਬ 'ਚ ਹੈ। ਸੋ ਮੈਂ ਅਖੀਰ ਵਿੱਚ ਸਾਰੇ ਪੰਜਾਬੀਆਂ ਨੂੰ ਆਹੀ ਬੇਨਤੀ ਕਰਨਾ ਚਾਹੁੰਦਾ, ਆਪਾਂ ਇਕੱਠੇ ਹੋ ਕੇ ਆਵਾਜ਼ ਉਠਾਈਏ। ਆਹ ਕੋਈ ਸਿਆਸੀ ਗੱਲ ਨਹੀਂ ਕਹਿ ਰਿਹਾ, ਜੋ ਮੈਂ ਕਹਿ ਰਿਹਾ ਫੈਕਟਸ ਨਾਲ ਕਹਿ ਰਿਹਾ। ਮੇਰਾ ਨਿਸ਼ਾਨਾ ਸਾਰਾ ਆਪਣੇ ਪੰਜਾਬੀਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਪੰਜਾਬ ਅੱਗੇ ਵਧੇ ਅਤੇ ਪੰਜਾਬ ਤਰੱਕੀ ਕਰੇ। ਪਰ ਜੋ ਹਾਲਾਤ ਅੱਜ ਹੈ ਉਹ ਹਾਲਾਤ ਬਹੁਤ ਮਾੜੇ ਹੈ, ਆਹ ਸਰਕਾਰ ਕੁਛ ਨਹੀਂ ਕਰ ਸਕਦੀ, ਇਹਨਾਂ ਨੂੰ ਜਾਣਾ ਹੀ ਪੈਣਾ ਜੇ ਪੰਜਾਬ ਨੂੰ ਬਚਾਉਣਾ ਹੈ। ਬਹੁਤ ਬਹੁਤ ਧੰਨਵਾਦ। ਅਤੇ ਹੁਣ ਕੋਈ ਗੱਲ ਕੁਐਸਚਨ ਪੁੱਛਣਾ? ਭਗਵੰਤ ਮਾਨ ਨੇ ਜਰਮਨੀ 'ਚੋਂ ਕਿਹਾ ਸੀ BMW ਦੀ ਫੈਕਟਰੀ ਲੱਗ ਰਹੀ ਹੈ, ਅਤੇ BMW ਨੇ ਕੀ ਬਿਆਨ ਦਿੱਤਾ ਸੀ?
ਫਿਰ ਇਹਨੇ ਇੱਕ ਸਾਈਕਲ ਕੰਪਨੀ ਦਾ ਨਾਂ ਲਿੱਤਾ ਸੀ, ਉਹ ਤਾਂ ਪਹਿਲੇ ਹੀ ਪੰਜਾਬ ਸੀ, ਪੰਜਾਬੀਆਂ ਦੀ ਸੀ। ਪੁੱਛੋ ਟਾਟਾ ਸਾਹਿਬ, ਟਾਟਾ ਨੂੰ ਕਿਹਨੇ ਇਨਵਾਈਟ, ਕਿੱਥੇ ਆਏ ਆ ਇੱਥੇ? ਆਹ ਜਿਹੜੀ ਫੋਟੋ, ਕਿਹੜੇ ਕੌਣ ਲੋਕ ਹੈ ਪੰਜਾਬ ਦੇ, ਪੰਜਾਬ ਦੀ ਇੰਡਸਟਰੀ ਨੂੰ ਪੈਦਾ ਕਰਨ ਵਾਲੇ, ਪੰਜਾਬ ਦੀ ਇੰਡਸਟਰੀ ਨੂੰ ਖੜ੍ਹਾ ਕਰਨ ਵਾਲੇ? ਆਹ ਸਾਰੇ ਆ, ਹੀਰੋ ਤੋਂ ਲੈ ਕੇ ਓਸਵਾਲ ਤੋਂ ਲੈ ਕੇ ਸਾਰੇ, ਆਹ ਸਾਰੇ ਕਿੱਥੇ ਗਏ ਹੈ? ਯੂਪੀ ਚੀਫ ਮਿਨਿਸਟਰ ਨੂੰ ਮਿਲਣ। ਐਂਡ ਯੂਪੀ ਚੀਫ ਮਿਨਿਸਟਰ ਨੇ ਮੈਨੂੰ ਕਿਹਾ ਕਿ ਆਪਕੇ ਪੰਜਾਬ ਕੋ ਕਿਆ ਹੋ ਗਿਆ, ਇਹ ਇੰਡਸਟਰੀਲਿਸਟ ਮੇਰੇ ਪਾਸ ਆ ਰਹੇ ਹੈ ਕਿ ਹਮ ਪੰਜਾਬ ਮੇਂ ਨਹੀਂ ਰਹਿ ਸਕਤੇ। ਆਹ ਹਾਲਾਤ ਹੈ, ਕਿਤੇ ਪੰਜਾਬ ਦਾ ਮੁੱਖ ਮੰਤਰੀ ਦੇਖਿਆ? ਤਾਂਹੀਓ ਮੈਂ ਕਹਿ ਰਿਹਾ, ਜੇ ਇਹਨੂੰ ਥੋੜ੍ਹਾ ਮੋਟਾ ਵੀ ਦਰਦ ਪੰਜਾਬੀਆਂ ਵਾਸਤੇ ਹੈ, ਚਲੋ ਪੰਜਾਬੀਆਂ ਨੇ ਮਾਨ ਦਿੱਤਾ ਇਹਨੂੰ, 92 ਸੀਟਸ ਦੇਤੀਆਂ, ਜੇ ਫਰਜ਼ ਬਣਦਾ, ਜੇ ਹੁਣ ਇਹਦੋਂ ਗੱਡੀ ਨਹੀਂ ਚੱਲਦੀ ਤਾਂ ਇਹਨੂੰ ਆਪਣੇ ਆਪ ਹੀ ਕਹਿ ਦੇਣਾ ਚਾਹੀਦਾ ਕਿ ਮੈਂ, ਅਸੀਂ ਸਾਡੀ ਪਾਰਟੀ ਤੋਂ ਸੂਬਾ ਨਹੀਂ ਸੰਭਾਲਿਆ ਜਾ ਸਕਦਾ, ਤਾਂ ਇਸ ਕਰਕੇ ਅਸੀਂ ਆਪ ਹੀ ਪੰਜਾਬੀਆਂ ਦੇ ਫਾਇਦੇ ਨੂੰ ਦੇਖਦੇ ਹੋਏ, ਅੱਗੇ ਹੋਰ ਕ੍ਰਾਈਸਿਸ ਨਾ ਕ੍ਰੀਏਟ ਕਰਦੇ ਹੋਏ ਅਸੀਂ ਆਪਣੀ ਸਰਕਾਰ ਛੱਡ ਰਹੇ ਹਾਂ। ਜਿੰਨੀ ਵੀ ਇੰਡਸਟਰੀ ਲੱਗੀ ਹੈ, ਤੁਸੀਂ ਰਿਕਾਰਡ ਲੈ ਲਓ, ਉਦੋਂ ਹੀ ਲੱਗੀ ਹੈ ਜਦੋਂ ਆਪਣੀ ਸਰਕਾਰ ਦੇ ਟਾਈਮ। ਤੁਸੀਂ ਜਿੰਨੇ ਵੀ ਇਨਫੋਸਿਸ, ਜਿੰਨੇ ਵੀ ਆਏ ਆ, ਤੁਸੀਂ ਮੋਹਾਲੀ ਦੇਖ ਲਓ ਡਿਵੈਲਪ ਹੋਇਆ, ਲੁਧਿਆਣਾ ਦੇਖੋ ਡਿਵੈਲਪ ਹੋਇਆ, ਜਿੰਨੇ ਫਲਾਈਓਵਰ ਹੈ, ਜਿੰਨੇ ਰੇਲਵੇ ਓਵਰ ਬ੍ਰਿਜ ਹੈ, ਜਿੰਨੀਆਂ ਸੜਕਾਂ, ਜਿੰਨੇ ਇਰੀਗੇਸ਼ਨ ਦੇ ਪ੍ਰੋਜੈਕਟਸ ਹੈ, ਸਾਰੀ ਜਿੰਨੀ ਇਨਵੈਸਟਮੈਂਟ ਆਈ ਹੈ, ਤੁਸੀਂ, ਅਸੀਂ ਇੱਕ ਇਨਵੈਸਟ ਪੰਜਾਬ ਬਣਾਇਆ ਸੀ ਮੈਂ, ਜਿਹੜਾ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਨੇ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸੀ ਕਿ ਇਹ ਤੋਂ ਵਧੀਆ ਸਲਿਊਸ਼ਨ ਇੰਡਸਟਰੀ ਲਿਆਉਣ ਦਾ, ਇਨਵੈਸਟ ਇਨਵੈਸਟ ਪੰਜਾਬ ਬਣਾਇਆ, ਕੈਪਟਨ ਨੇ ਆ ਕੇ ਉਹਨੂੰ ਡਿਸਮੈਂਟਲ ਕਰਤਾ। ਅਤੇ ਤੁਸੀਂ ਇੱਕ ਹੋਰ ਹੈਰਾਨ ਰਹੋਗੇ, ਮੈਂ ਇੰਡਸਟਰੀਅਲਿਸਟ ਨਾਲ ਗੱਲ ਕੀਤੀ ਹੈ, ਇੱਕ ਸਾਲ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਨੂੰ, ਹਾਲੇ ਤੱਕ ਇੰਡਸਟਰੀਅਲ ਪੋਲਿਸੀ ਨਹੀਂ। ਇੰਡਸਟਰੀ ਡਿਪਾਰਟਮੈਂਟ ਵਾਲੇ ਪੁੱਛਦੇ ਕਿ ਇੰਡਸਟਰੀਅਲਿਸਟ ਨਾਲ ਕਾਰਖਾਨਾ ਲਾਉਣਾ ਚਾਹੁੰਦਾ, ਇੰਡਸਟਰੀਅਲ ਡਿਪਾਰਟਮੈਂਟ ਕਹਿੰਦਾ ਸਾਡੇ ਕੋਲ ਕੋਈ ਪੋਲਿਸੀ ਨਹੀਂ ਹੈ। ਪੋਲਿਸੀ ਤੁਹਾਡੀ ਇੰਡਸਟਰੀਅਲ ਹੈ ਨਹੀਂ, ਇੰਡਸਟਰੀ ਨੂੰ ਕੀ ਇਨਸੈਂਟਿਵ ਦੇਣਾ ਤੁਸੀਂ ਦੱਸ ਨਹੀਂ ਸਕਦੇ, ਨਾ ਦੇ ਸਕਦੇ ਹੋ, ਫਿਰ ਇੱਥੇ ਕਿਹਨੇ ਇਨਵੈਸਟ ਕਰਨਾ ਹੈ? ਤਾਂਹੀਓ ਆ ਜਿਹੜੇ ਲੋਕ ਗਏ ਹੈ, ਮੈਂ ਉਹਨਾਂ ਨਾਲ ਗੱਲ ਵੀ ਕੀਤੀ ਹੈ, ਉਹ ਕਹਿੰਦੇ ਦੂਜੀ ਸਟੇਟਾਂ ਸਾਨੂੰ ਇਨਸੈਂਟਿਵ ਵੀ ਦੇ ਰਹੀ ਹੈ, ਸਾਨੂੰ ਸ਼ੋਰ ਕਰ ਰਹੀ ਹੈ, ਇੱਥੇ ਕੋਈ ਗੁੰਡਾਗਰਦੀ ਨਹੀਂ ਹੋਊਗੀ, ਸਾਰਾ ਲੋਅ ਐਂਡ ਆਰਡਰ ਸੀਖ ਦੇ ਰਹੀ ਹੈ, ਅਤੇ ਅਸੀਂ ਕਿਉਂ ਰਹਾਂਗੇ ਪੰਜਾਬ 'ਚ? ਹਰ ਬੰਦੇ ਨੂੰ ਆਪਣੀ ਜਾਨ ਪਿਆਰੀ ਹੈ, ਜੇ ਤੁਹਾਡੀ ਜਾਨ ਹੀ ਖਤਰੇ 'ਤੇ ਹੈ ਫਿਰ ਰਹਿਣਾ ਕਿਹਨੇ ਇੱਥੇ? ਹੁਣ ਤਾਂ ਤੁਹਾਡੀ ਮੀਡੀਆ ਵਾਲੇ ਦੇ ਮਗਰ ਵੀ ਪੈ ਗਏ, ਤੁਸੀਂ ਵੀ ਆਵਾਜ਼ ਉਠਾਓ। ਰਾਜ ਸਭਾ 'ਚ ਬੋਲਣ ਦੀ ਲੋੜ ਨਹੀਂ, ਉਹ ਪੰਜਾਬ ਦੇ ਮੁੱਖ ਮੰਤਰੀ ਹੈ ਰਾਘਵ ਚੱਡਾ, ਸ਼ੁਰੂ ਕਰ ਦੇਣ। ਅਸੀਂ ਕਿਤੇ ਰਾਜ ਸਭਾ 'ਚ ਬੋਲਿਆ ਸੀ ਕਿ ਹੈਰੀਟੇਜ ਸਟਰੀਟ ਬਣਾਉਣ ਵਾਸਤੇ, ਅਸੀਂ ਕੋਈ ਰਾਜ ਸਭਾ 'ਚ ਜਾਂ ਲੋਕ ਸਭਾ 'ਚ ਬੋਲਿਆ ਸੀ ਕਿ ਵਿਰਾਸਤ ਏ ਖਾਲਸਾ ਬਣਾਉਣਾ? ਅਸੀਂ ਕਿਤੇ ਬੋਲਣ ਦੀ ਲੋੜ ਨਹੀਂ ਹੈ, ਆਹ ਡਿਫੈਕਟੋ ਮੁੱਖ ਮੰਤਰੀ ਰਾਘਵ ਚੱਡਾ ਹੈ, ਅਤੇ ਕਰਕੇ ਦਿਖਾਉਣ, ਇੱਕ ਕਿੱਟ ਤਾਂ ਲਾ ਦੇਣ। ਇਕੱਲੇ ਲੁੱਟਣ ਵਾਸਤੇ ਆਏ ਹੈ, ਪਹਿਲੇ ਸ਼ਰਾਬ ਕੰਟਰੋਲ ਕਰ ਲਈ ਇਹਨਾਂ ਨੇ, ਸਾਰੇ ਮੋਨੋਪਲੀ ਕਰ ਲਈ, ਹੁਣ ਰੇਰਾ ਨੂੰ ਕੰਟਰੋਲ ਕਰ, ਰੀਅਲ ਸਟੇਟ ਦੀ ਸਾਰੇ ਬਿਲਡਰਾਂ ਨੂੰ ਕੰਟਰੋਲ ਕਰ ਲਿਆ ਇਹਨਾਂ ਰੇਰਾ ਰਾਹੀਂ, ਐਂਡ ਸਾਰੇ ਆਫਿਸਰ ਦਿੱਲੀ, ਡਾਇਰੈਕਟ ਦਿੱਲੀਓਂ ਕਲੀਅਰੈਂਸ ਆਉਂਦੀ ਹੈ। ਇੱਥੇ ਤਾਂ ਸਰਕਾਰ ਹੈ ਨਹੀਂ, ਆਹ ਜਿਹੜੇ ਮਿਨਿਸਟਰ ਜੀ ਇਹਨਾਂ ਨੂੰ ਕਲਿੱਕ ਕਾਰਾਂ ਦਿੱਤੀਆਂ ਤੁਹਾਡੇ। ਤੁਸੀਂ ਐਂ ਕਰੋ, ਕੋਈ ਵੀ ਮੀਡੀਆ ਵਾਲਿਆਂ ਨੂੰ ਮੈਂ ਚੈਲੇਂਜ ਕਰਦਾ
ਕਿਸੇ ਵੀ ਮਿਨਿਸਟਰ ਕੋਲ ਜਾ ਕੇ ਇੰਟਰਵਿਊ ਲੈ ਕੇ ਦੇਖੋ, ਤੁਹਾਨੂੰ ਪਹਿਲੇ ਪੁੱਛਣਗੇ ਕਿ ਅਸੀਂ ਦਿੱਲੀਓਂ ਪੁੱਛ ਲਈਏ, ਤੁਸੀਂ ਇੰਟਰਵਿਊ ਦੇ ਸਕਦੇ ਕਿ ਨਹੀਂ ਹੈ, ਸੱਚ ਹੈ ਕਿ ਨਹੀਂ ਮੈਨੂੰ ਦੱਸੋ, ਹੈਗਾ ਸੱਚ? ਕਿਹਾ ਸਾਰਿਆਂ ਨੇ ਕਿਹਾ ਸੱਚ ਹੈ। ਥੈਂਕ ਯੂ। ताज़ा अपडेट्स व बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।